हुणे हुणे वड्डा सड़क हादसा वापरन की खबर सामने आई है। पटियाला भवानीगढ़ हाईवे ते वड्डा सड़क हादसा वापर जांदा है जदों एक ट्रक अते एक गड्डी जो है पलट जाती है। रेती दे नाल भरिया ट्रक जो है सड़क के किनारे पलट जाता है ते नाल ही गड्डी जो है सड़क के विचकार जो है पलट जाती है ते इसका कारण जो है सड़क के विचकार पे वड्डे वड्डे टोया नूं दस्सिया जा रहा है जिस दे नाल सरकार की वड्डी लापरवाही जो है सामने आई है ते नाल ही नौजवान जो है सरकार से भड़कता होया प्रशासन से भड़कता होया नज़र आया। उसका कहना है कि वड्डे वड्डे टोए जो ने आए दिन हादसों का कारण बन रहे रहे पर प्रशासन के वलों इस वाल कोई भी ध्यान जो है नहीं दिता जा रहा। तो वड्डे हादसे तस्वीर जो ने सामने आई ने तस्वीर तो हमें दिखा दें कि किस कदर यह हादसा वापर जाता है जिस तो बाद गड्डी तो जो है बुरी तरह के नुकसानी जाती है तो एक पासे जो है ट्रक पलट जाता है। रेती दे नाल भरिया हुंदा है यह ट्रक पर गनीमत यह रहती है कि इस हादसे दे विच किसी भी जानी नुकसान तो जो है बचा रहा पर माली नुकसान जो है बुरी तरह के नाल हो जाता है। तो फिर सरकार ते जो है लापरवाही के इल्जाम जो ने लगाए गए हैं क्योंकि सड़क के विचकार यही टोए आए दिन वड्डे हादसे का कारण जो है बन रहे हैं। तो उधर ही मौके पर मौजूद ट्रक ड्राइवर अते गड्डी दे विच मौजूद नौजवान का की कुछ कहना है वह भी तुहानू सुना दिंदे आ। पर फिलहाल के लिए प्रशासन के इल्जाम जो ने लगाए जा रहे हैं कि वड्डे टोए लोग उत्थे इकट्ठे हो जाते हैं तो लोगों के वलों यही कहना है कि आए दिन अजिहे हादसे ना टोया के कारण वापर रहे हैं पर प्रशासन के वलों इस वल कोई भी ध्यान जो है नहीं दिता जा रहा। तो हुण एक वड्डा सवेरे सवेरे यह वड्डा हादसा जो है वापर जाता है पटियाला भवानीगढ़ हाईवे ते जिथे एक रेती दे नाल भरिया ट्रक जो है पलट जाता है ते नाल ही एक गड्डी भी जो है बुरी तरह दे नाल नुकसानी जाती है। पर गनीमत यही रही कि इस पूरे हादसे दे विच किसी भी जानी नुकसान तो जो है बचा रहा। तो उधर ही गड्डी दे विच मौजूद जो नौजवान है उसका की कुछ कहना है ते ट्रक ड्राइवर का की कुछ कहना है वो तुहानू सुना दिंदे आ। ਤਾਂ ਰਸਤੇ ਵਿੱਚ ਆ ਰਹੇ ਸੀ ਪਹਿਲਾਂ ਦਾ ਟਰੱਕ ਵਾਲਾ ਵੀਰ ਸੈਂਟਰ 'ਚ ਲੈ ਕੇ ਜਾ ਰਿਹਾ ਸੀ ਸਾਈਡ ਤੋਂ ਜਗ੍ਹਾ ਸੀ ਅਸੀਂ ਗੱਡੀ ਕੱਢਣ ਲੱਗੇ ਇੱਕੇ ਦਮ ਵੱਡਾ ਟੋਆ ਹੁਣ ਇੱਕ ਬੰਦਾ ਦੂਰ ਆ ਰਿਹਾ ਪਹਿਲੀ ਵਾਰ ਨਹੀਂ ਪਤਾ ਲੱਗਦਾ ਐਡਾ ਵੱਡਾ ਟੋਆ ਦੋ ਟੋਏ ਨੇ ਤੁਸੀਂ ਦੇਖ ਸਕਦੇ ਹੋ ਦੋ ਐਡੇ ਵੱਡੇ ਟੋਏ ਨੇ ਕਿ ਆਟੋਮੈਟਿਕਲੀ ਬੈਲੈਂਸ ਵਿਗੜਦਾ ਟਰੱਕ ਵਾਲੇ ਨੂੰ ਲੱਗਿਆ ਕਿਤੇ ਗੱਡੀ ਮੇਰੇ 'ਚ ਨਾ ਵੱਜੇ ਉਹ ਵੀ ਉਹਨੇ ਆਪਦਾ ਕੱਟ ਮਾਰਿਆ ਬਚਾਉਣ ਦੇ ਲਈ ਅਸੀਂ ਉਹਦੇ ਤੋਂ ਬਚਣ ਦੇ ਲਈ ਕੱਟ ਮਾਰਿਆ ਗਲਤੀ ਆ ਸਾਰੀ ਪ੍ਰਸ਼ਾਸਨ ਦੀ ਉਹ ਟੋਏ ਦੀ ਵਜ੍ਹਾ ਕਰਕੇ ਐਡਾ ਵੱਡਾ ਹਾਦਸਾ ਵਾਪਰਿਆ ਇੱਕ ਟਰੱਕ ਵਾਲੇ ਦੀ ਜਾਨ ਜਾ ਸਕਦੀ ਸੀ। ਤਿੰਨ ਮੁੰਡੇ ਅਸੀਂ ਸੀਗੇ ਮੈਂ ਸੀ ਮੇਰਾ ਨਾਲ ਮੇਰਾ ਸਾਥੀ ਕੈਮਰਾਮੈਨ ਸਾਡਾ ਪ੍ਰੋਡਕਸ਼ਨ ਹੈੱਡ ਸੀਗੇ ਤਾਂ ਸਾਡੀ ਤਿੰਨ ਪਰਿਵਾਰ ਅੱਜ ਚਾਰ ਪਰਿਵਾਰ ਇੱਥੇ ਖਤਮ ਹੁੰਦੇ ਸੀ ਇੱਕ ਪ੍ਰਸ਼ਾਸਨ ਦੀ ਗਲਤੀ ਨਾਲ ਇੱਕ ਲਾਪਰਵਾਹੀ ਨਾਲ ਕਾਹਦੇ ਟੈਕਸ ਵਸੂਲਦੇ ਆ ਸਾਡੇ ਤੋਂ ਐਂਬੂਲੈਂਸ ਵੀਰੇ ਮਸਾਂ ਆਈ 20 ਮਿੰਟ ਘੱਟੋ ਘੱਟ ਸਾਨੂੰ ਵੇਟ ਕਰਨੀ ਪਈ ਉਹ ਬਾਈ ਦੇ ਸੱਟਾਂ ਜ਼ਿਆਦਾ ਲੱਗੀਆਂ ਅਸੀਂ ਫੋਨ ਕਰੀ ਗਏ ਵੀਰੇ ਐਂਬੂਲੈਂਸ ਸੱਦ ਲਓ ਅਤੇ ਲੋਕਾਂ ਦਾ ਹਾਲ ਇੰਨਾ ਮਾੜਾ ਆ ਕੇ ਸਾਡੇ ਗਲ ਪਈ ਜਾਂਦੇ ਆ ਲੜੀ ਜਾਂਦੇ ਆ ਆਏ ਨਹੀਂ ਪਹਿਲਾਂ ਜਿਹੜਾ ਮਰ ਰਿਹਾ ਉਹਦੀ ਜਾਨ ਬਚਾ ਲਈਏ ਇੱਥੋਂ ਦੇ ਪਿੰਡ ਦੇ ਇੱਥੋਂ ਦੇ ਨਾਇੜ ਦੇ ਲੋਕਾਂ ਦਾ ਹਾਲ ਆ ਵੀਰੇ ਸ਼ਰੇਆਮ ਕਹਿਣਾ ਮੈਂ ਇਹਨਾਂ ਨੂੰ ਟੋਏ ਨਹੀਂ ਦਿੰਦੇ ਇਹਨਾਂ ਨੂੰ ਲੋਕਾਂ ਦੇ ਗਲ ਪੈਣਾ ਆਉਂਦਾ ਟੋਲ ਪਲਾਜ਼ੇ ਨਹੀਂ ਤਾਂ ਬਾਈ ਸ਼ਰੇਆਮ ਗਲਤੀ ਆ ਟੋਲ ਪਲਾਜ਼ੇ ਆਉਂਦਾ ਇੱਕ ਮੁਲਾਜ਼ਮ ਨਹੀਂ ਆਇਆ ਟੋਲ ਪਲਾਜ਼ੇ ਦੀ ਜ਼ਿੰਮੇਵਾਰੀ ਬਣਦੀ ਆ ਸਾਨੂੰ ਪਤਾ ਟੋਲ ਪਲਾਜ਼ੇ ਦੇ ਰੂਲ ਕੀ ਆ ਜੇ ਰੋਡ ਟੈਕਸ ਬਣਾਈ ਗਈ ਹੈ ਸੜਕ ਬਣਾਈ ਆ ਤਾਂ ਟੋਲ ਵਾਲਿਆਂ ਦੀ ਜ਼ਿੰਮੇਵਾਰੀ ਬਣਦੀ ਆ ਉਸ ਕੰਪਨੀ ਦੀ ਜਿਹੜੀ ਸਾਥ ਟੈਕਸ ਵਸੂਲ ਰਹੀ ਆ ਟੈਕਸ ਕੰਪਨੀ ਨੇ ਆਉਣਾ ਹੁੰਦਾ ਇੱਥੇ ਐਕਸੀਡੈਂਟ ਹੋਇਆ ਗੱਡੀ ਸੜਕ ਵਿਚਾਲੇ ਖੜੀ ਆ ਇੱਧਰ ਟਰੱਕ ਉਹ ਪਿਆ ਗਾ ਹਾਲੇ ਤੱਕ ਕੋਈ ਵੀ ਟੋਲ ਪਲਾਜ਼ੇ ਵਾਲਿਆਂ ਦੀ ਗੱਡੀ ਨਹੀਂ ਆਈ ਜਿਹੜੀ ਇਹਨੂੰ ਸਾਈਡ ਕਰਦੇ ਦੂਜੇ ਲੋਕਾਂ ਨੂੰ ਸੁਵਿਧਾ ਕਿੰਨੀ ਪਰੇਸ਼ਾਨੀ ਆ ਰਹੀ ਹੈ ਇਹ ਜਦੋਂ ਦੇ ਰੋਡ ਬਣਿਆ ਹੋਇਆ ਜੀ ਇਹ ਉਦੋਂ ਦੀ ਇਹ ਚੱਲ ਰਿਹਾ ਹੈਗਾ ਨਾ ਤਾਂ ਇਹ ਸੀਵਰੇਜ ਦਾ ਪਾਣੀ ਹੈ ਜਿਹੜਾ ਉਹਰੋਂ ਹਟਦਾ ਨਾਲ ਇਹ ਸੜਕ ਟੁੱਟ ਜਾਂਦੀ ਆ ਉਹ ਸੀਵਰੇਜ ਦਾ ਪਾਣੀ ਦੇਖੋ ਇਹ ਗੱਡੀ ਦਾ ਕੋਈ ਕਸੂਰ ਨਹੀਂ ਹੈਗਾ ਜਦੋਂ ਇਹ ਸੜਕ ਟੁੱਟੀ ਹੋਈ ਆ ਉਹ ਮੱਕੇ ਅਪਸੈਟ ਹੋ ਗਈ ਇਹਦਾ ਵੀਰੇ ਟਰੱਕ ਮੱਕੇ ਸਕੂਲ ਬੈਨ ਸੀਗੀ ਉਹਨੂੰ ਬਚਾਉਂਦੇ ਹੋਇਆ ਜੀ ਇਹ ਤਾਂ ਸਿੱਧਾ ਮੱਕੇ ਸੜਕ ਦਾ ਕਾਰਨ ਕਰਕੇ ਹੈਗਾ ਇਹ ਗੱਡੀ ਅਪਸੈਟ ਹੋਊਗੀ।